ਵਾਜੂ ਕਾ ਖਾਲਸਾ ਵਾਜੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਭਾਜੀ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਸਰਬੀ ਸਿੰਘ ਜੀ ਕਿੱਥੋਂ ਆਏ ਭਾਜੀ ਮੈਂ ਹੇਸ ਤੋਂ ਆਇਆ ਅੱਛਾ ਹੇਸ ਤੋਂ ਹੀ ਹਾਂਜੀ ਭਾਜੀ ਅੱਜ ਤੁਸੀਂ ਦੇਖਦੇ ਆਪਣੇ ਬੰਦਿਆਂ ਦਾ ਇਕੱਠ ਹੋਇਆ ਬਜ਼ੁਰਗ ਨੇ ਬੱਚੇ ਨੇ ਹਰ ਤਰ੍ਹਾਂ ਦੇ ਬੜੇ ਇਮੋਸ਼ਨਲ ਨੇ ਔਰ ਬੜੇ ਗੁੱਸੇ 'ਚ ਵੀ ਨੇ ਬੜੀ ਹਮਦਰਦੀ ਬੜਾ ਪਿਆਰ ਦਿਖਾ ਰਹੇ ਨੇ ਜਿਹਦੀ ਫੈਮਿਲੀ ਦਾ ਬੱਚਾ ਇੱਕ ਪੰਜਾਬ 'ਚ ਪੜਿਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਆਪਾਂ ਨੂੰ ਜਾਨਵਰ ਦਾ ਵੀ ਸਿੱਖ ਲੈਣਾ ਚਾਹੀਦਾ ਇੱਕ ਕਾਂ ਨਾਲ ਕੋਈ ਮਾੜੀ ਮੋਟੀ ਗੱਲ ਹੋਵੇ ਉਹਦਾ ਸਾਰਾ ਟੱਬਰ ਜਾ ਕੇ ਉੱਥੇ ਮਤਲਬ ਕਿ ਪਿੱਟਦਾ ਔਰ ਸਾਡੇ ਹਿਊਮਨ ਬੀਂਗਸ ਆਪਾਂ ਔਰ ਇੱਕ ਬੱਚਾ ਆਪਣੀ ਸ਼ਾਦੀ ਕਰਾਉਣ ਗਿਆ ਵਿਆਹ ਕਰਾਉਣ ਤੋਂ ਬਾਅਦ ਉਹਨੂੰ ਜੋ ਆਹ ਮਾੜੇ ਦਿਨ ਦੇਖਣੇ ਪੈ ਰਹੇ ਆ ਇਹ ਕੈਪਟਨ ਹਿੰਦੁਸਤਾਨ ਦੀਆਂ ਸਰਕਾਰਾਂ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਸਾਡੇ ਸਿੱਖਾਂ ਨਾਲ ਧੱਕਾ ਕਰ ਰਹੀਆਂ ਇਹ ਸਿਰਫ ਤਾਂ ਹੀ ਹੋ ਰਿਹਾ ਸਿਰਫ ਕਿਉਂਕਿ ਸਾਡਾ ਕੋਈ ਘਰ ਹੈ ਨਹੀਂ ਆਪਣਾ ਜੇ ਇਹ ਆਜ਼ਾਦ ਹੋਈਏ ਸਾਡਾ ਕਦੀ ਇੱਦਾਂ ਹੋਵੇ ਤਾਂ ਨਾ ਇਹਨਾਂ ਦੀ ਹਿੰਮਤ ਪਵੇ ਕੈਪਟਨ ਸਾਹਿਬ ਨੂੰ ਇਹ ਵੀ ਗਾਂਹ ਸੋਚਣਾ ਚਾਹੀਦਾ ਜੇ ਇਹੋ ਜਿਹੀ ਕਰਤੂਤਾਂ ਕਰਨ ਨਾ ਹਟੇ ਅਸੀਂ ਬਿਲਕੁਲ ਹੁਣ ਜਿੱਦਾਂ ਕਨੇਡਾ ਤੋਂ ਭਜਾਇਆ ਇੰਗਲੈਂਡ ਤੋਂ ਭਜਾਇਆ ਕਰਾਂਗੇ ਕੋਈ ਸਾਨੂੰ ਡਰਨ ਦੀ ਲੋੜ ਨਹੀਂ ਅਸੀਂ ਸਿੱਖਾਂ ਯੋਧੇ ਆ ਸਾਡੇ ਸੂਰਬੀਰ ਯੋਧੇ ਆ ਸਿੱਖਾਂ ਦੀਆਂ ਸਿੱਖਾਂ ਦੇ ਘਰ ਜਿਹੇ ਪੈਦਾ ਹੋਏ ਹਾਂ ਪਰ ਕੈਪਟਨ ਜੇ ਇੰਦਰਾ ਗਾਂਧੀ ਨੂੰ ਆਪਣੀ ਮਾਂ ਸਮਝਦਾ ਹੈਗਾ ਜਿਹਨੇ ਆਪਣੇ ਹਰਿਮੰਦਰ ਸਾਹਿਬ ਉੱਤੇ ਅਟੈਕ ਕੀਤਾ ਉਹਨੂੰ ਆਪਣੀ ਮਾਂ ਸਮਝ ਕੇ ਪੂਜਦਾ ਤਾਂ ਅਸੀਂ ਵੀ ਸਿੰਘ ਯੋਧੇ ਹਾਂ ਅਸੀਂ ਵੀ ਸਰਦਾਰ ਸਿੰਘ ਬੇਅੰਤ ਸਿੰਘ ਦੇ ਭਰਾ ਵਾਂ ਅਸੀਂ ਉਹਨੂੰ ਦੱਸਾਂਗੇ ਕਿਸ ਭਾਵੁਕ ਨਹੀਂ ਸਾਡੇ ਭਾਜੀ ਹੁਣ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਬੜੀ ਅੱਛੀ ਸਟੇਟਮੈਂਟ ਦਿੱਤੀ ਹੈ ਉਹਨੇ ਖੁਦ ਕਿਹਾ ਖੁੱਲ੍ਹੇਆਮ ਕਿਹਾ ਕਿ ਆਪਣੇ ਸਿੱਖਾਂ ਨਾਲ ਪੰਜਾਬ 'ਚ ਧੱਕਾ ਹੋ ਰਿਹਾ ਔਰ ਜਿਹੜੇ ਫੋਰਨ ਕੰਟਰੀਆਂ ਦੀ ਆਪਣੀ ਗਵਰਨਮੈਂਟ ਹੈ ਉਹ ਸਾਰਿਆਂ ਨੂੰ ਦੇਖਣਾ ਚਾਹੀਦਾ ਕਿ ਵਾਕਈ ਸਿੱਖਾਂ ਨਾਲ ਬਹੁਤ ਧੱਕਾ ਹੋ ਰਿਹਾ ਉੱਥੇ ਇੱਥੋਂ ਤੱਕ ਲਾ ਲਈ ਸਾਨੂੰ 30-40 ਸਾਲ ਹੋ ਗਏ ਜੀ ਇਹ ਦੇਖਦੇ ਨੂੰ ਦੌਰ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਰੇ ਵਰਲਡ ਦੀਆਂ ਗੌਰਮੈਂਟਾਂ ਜਿੰਨੇ ਵੀ ਸਾਡੀਆਂ ਹਿਊਮਨ ਰਾਈਟਸ ਸੰਸਥਾਵਾਂ ਹੈਗੀਆਂ ਜਾਂ ਸਾਰੀ ਲੋਕਾਈ ਦੇ ਲੋਕ ਹੈਗੇ ਆ ਉਹ ਸਿੱਖਾਂ ਦੇ ਨਾਲ ਆ ਖੜਨ ਉਹਨਾਂ ਨੂੰ ਇਨਸਾਫ ਦਿਵਾਉਣ ਜੱਗੀ ਵਨ ਆਫ ਦੈਮ ਅਸੀਂ ਚਾਹੁੰਦੇ ਹਾਂ ਉਹ ਆਪਣੇ ਪਰਿਵਾਰ 'ਚ ਆਵੇ ਅਸੀਂ ਸਾਰਿਆਂ ਨੂੰ ਇਹ ਅਰਦਾਸ ਬੇਨਤੀ ਕਰਦੇ ਹਾਂ ਵੀ ਸਾਡੇ ਨਾਲ ਸਹਿਯੋਗ ਦਿਓ ਥੈਂਕ ਯੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ